सतगुरु जी ने विछोड़े की गल की है, जिथे विछोड़ा है उत्थे दुख है, जिथे मिलाप है उत्थे आत्मक आनंद है। हुण वाहिगुरु दे चरणां दे नाल विछड़ जाना ए दुख दा कारण है। पर विछोड़ा बनिया किवें? किरत करम के विछड़े, हे वाहिगुरु अपनी किरत करके, अपने कर्मा करके, क्योंकि किरत सफली नहीं, कर्म शुद्ध नहीं। वाहिगुरु जी सी तुहाडे तों विछड़ गए आ, विछोड़ा पैदा हो गया जो दुख दा कारण है। कार किरपा मिलो राम, हुण वाहिगुरु जी किरपा करो, मेहर करो, सुन अपने चरणां दे नाल मिलाउणा करो। चार कुंट दह दिस भरमे, थक आए प्रभु की शाम, माया दे मोह च फस के चुफेरे, हर पासे वाहिगुरु सुखां दी खातर भटके आ। क्योंकि असीं आम संसारी मनुख दुनियावी पदार्थां विचों, माया विचों सुख लभदे आ। पर इह जिहड़ा सुख सदीवी नहीं, इह कुछ पल वास्ते है, कुछ घंटियां वास्ते हो सकदा, कुछ दिनां वास्ते हो सकदा, कुछ साल वास्ते हो सकदा। पर जिहड़ा आत्मक आनंद है, जो आत्मक सुख जो गुरु नाल जुड़िया भाई तैनूं मिलदा है, गुरु नाल सांझ बणेगी तैनूं, तू आत्मक सुख नूं माण सकदा, आत्मक आनंद नूं माण सकदा। उहदे लई तैनूं गुरु दे चरणां दे नाल जुड़ना पवेगा। पर असीं दुनियावी पदार्थां विचों आनंद लभदे हां, जो आनंद सदीवी नहीं। ਇਹ ਆਨੰਦ ਹੀ ਦੁੱਖ ਦਾ ਕਾਰਨ ਬਣ ਜਾਂਦਾ, ਕਿਉਂਕਿ ਜਦੋਂ ਇਹ ਚਲਾ ਜਾਂਦਾ ਤੇ ਮਨੁੱਖ ਫਿਰ ਦੁੱਖ ਸੰਤਾਪ ਭੋਗਦਾ। ਜੇ ਵਾਹਿਗੁਰੂ ਦੇ ਚਰਨਾਂ ਦੇ ਨਾਲ ਸਾਂਝ ਬਣ ਗਈ, ਪਿਆਰ ਬਣ ਗਿਆ, ਭਾਈ ਆਤਮਕ ਆਨੰਦ ਦੀ ਪ੍ਰਾਪਤੀ ਹੋ ਗਈ, ਉਹ ਆਤਮਕ ਆਨੰਦ ਸਦਾ ਹੀ ਬਣਿਆ ਰਹਿੰਦਾ। ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਗੁਰੂ ਦੇ ਮਿਲਾਪ ਵਿੱਚ ਹੀ ਆਨੰਦ ਹੈ, ਆਨੰਦ ਪਿਆ ਮੇਰੀ ਮਾਏ, ਸਤ ਗੁਰੂ ਮੈਂ ਪਾਇਆ। ਹੁਣ ਗੁਰੂ ਸਾਹਿਬ ਨੇ ਸਮਝਾਇਆ ਹੈ ਕਿ ਦੁਨਿਆਵੀ ਸੁੱਖ ਲੱਭਣ ਦੇ ਖਾਤਰ, ਕਿਉਂਕਿ ਦੁਨਿਆਵੀ ਪਦਾਰਥਾਂ ਵਿੱਚੋਂ ਸੁੱਖ ਲੱਭਦੇ ਰਹੇ, ਸੁੱਖ ਮਿਲਿਆ ਨਹੀਂ, ਹਾਰ ਥੱਕ ਕੇ ਵਾਹਿਗੁਰੂ ਹੁਣ ਤੁਹਾਡੀ ਸ਼ਰਨ ਵਿੱਚ ਆਏ ਆ। ਹੁਣ ਸ਼ਰਨ ਆਇਆਂ ਦੀ ਵਾਹਿਗੁਰੂ ਜੀ ਤੁਸੀਂ ਲਾਜ ਰੱਖ ਲਵੋ, ਕਿਉਂਕਿ ਤੁਹਾਡਾ ਸੁਭਾਅ ਹੈ ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਜਿਹੜਾ ਵੀ ਸ਼ਰਨ ਵਿੱਚ ਆ ਜਾਂਦਾ ਹੈ, ਵਾਹਿਗੁਰੂ ਜੀ ਤੁਹਾਡਾ ਸੁਭਾਅ ਹੈ, ਤੁਸੀਂ ਦਿਆਲੂ ਹੋ, ਉਹਨੂੰ ਗਲਵੱਕੜੀ ਵਿੱਚ ਲੈ ਲੈਂਦੇ ਹੋ। ਕੰਠ ਲਾਏ ਔਗਣ ਸਭ ਮੇਟੇ, ਦਿਆਲ ਪੁਰਖ ਬਖਸ਼ੰਦ, ਪਿਛਲੇ ਔਗਣ ਬਖਸ਼ ਲੇ ਪ੍ਰਭ ਆਗੈ ਮਾਰਗ ਪਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਬਹੁੜ ਪਿਤਾ ਗੱਲ ਲਾਵੇ। ਹੇ ਵਾਹਿਗੁਰੂ ਸਾਨੂੰ ਆਪਣੇ ਗੱਲ ਨਾਲ ਲਾਉਣਾ ਕਰੋ, ਸਾਡੇ ਔਗੁਣਾਂ ਨੂੰ ਨਾ ਚਿਤਾਰੋ, ਅਸੀਂ ਹਾਰ ਥੱਕ ਕੇ ਤੁਹਾਡੀ ਸ਼ਰਨ ਵਿੱਚ ਆ ਗਏ ਹਾਂ। ਧੇਨ ਦੁੱਧੈ ਤੇ ਬਾਹਰੀ ਕਿਤੇ ਨਾ ਆਵੇ ਕਾਮ, ਜਿਵੇਂ ਦੁੱਧ ਤੋਂ ਸੱਖਣੀ ਗਾਂ ਕਿਸੇ ਕੰਮ ਨਹੀਂ ਆਉਂਦੀ, ਕੋਈ ਉਹਦੀ ਬਾਤ ਨਹੀਂ ਪੁੱਛਦਾ, ਇਸ ਤਰ੍ਹਾਂ ਹੀ ਨਾਮ ਤੋਂ ਸੱਖਣੇ ਜਿਹੜੇ ਸਰੀਰ, ਨਾਮ ਤੋਂ ਵਾਂਝੇ ਹਿਰਦੇ, ਉਹ ਸੰਸਾਰ ਅੰਦਰ ਖੱਜਲ ਖੁਆਰ ਹੋਏ ਫਿਰਦੇ ਨੇ। ਜਿਸ ਹਿਰਦੇ ਚ ਵਾਹਿਗੁਰੂ ਤੁਹਾਡੀ ਯਾਦ ਨਹੀਂ, ਜਾਂ ਕਹਿ ਸਕਦੇ ਆ ਜਿਨ੍ਹਾਂ ਨੂੰ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਨਹੀਂ ਆਇਆ, ਜੋ ਸ਼ੁਕਰਾਨਾ ਨਹੀਂ ਕਰਦੇ, ਉਹ ਉਸ ਦੁੱਧ ਤੋਂ ਸੱਖਣੀ ਗਾਂ ਵਾਂਗ ਸੰਸਾਰ ਤੇ ਖੱਜਲ ਖੁਆਰ ਹੁੰਦੇ ਤੁਰੇ ਫਿਰ ਰਹੇ ਨੇ। ਥਾਂ ਥਾਂ ਤੇ ਉਹ ਚੋਟਾਂ ਖਾ ਰਹੇ ਨੇ, ਖੱਜਲ ਖੁਆਰ ਹੋ ਰਹੇ ਨੇ। ਜਲ ਬਿਨ ਸਾਖ ਉਮਲਾਵਤੀ, ਉਪਜੈ ਨਾਹੀਂ ਦਾਮ। ਸਤਿਗੁਰੂ ਜੀ ਨੇ ਖੇਤੀ ਦਾ ਦ੍ਰਿਸ਼ਟਾਂਤ ਦਿੱਤਾ, ਜਿਵੇਂ ਪਾਣੀ ਤੋਂ ਬਿਨਾਂ ਖੇਤੀ ਸੁੱਕ ਜਾਂਦੀ ਹੈ, ਫਸਲ ਨਹੀਂ ਪੱਕਦੀ। ਉਸ ਖੇਤੀ ਵਿੱਚੋਂ ਧਨ ਦੀ ਕਮਾਈ ਨਹੀਂ ਹੁੰਦੀ ਜਿਹੜੀ ਫਸਲ ਪਾਣੀ ਤੋਂ ਬਗੈਰ ਸੁੱਕ ਜੇ, ਭਾਵੇਂ ਬੀਜ ਕਿੰਨਾ ਹੀ ਵਧੀਆ ਕਿਉਂ ਨਾ ਬੀਜਿਆ ਹੋਵੇ, ਪਾਣੀ ਤੋਂ ਬਗੈਰ ਉਮੀਦ ਨਹੀਂ ਕਰ ਸਕਦੀ ਫਸਲ ਪੱਕੇਗੀ। ਇਸ ਤਰ੍ਹਾਂ ਹੀ ਜੇ ਜਿਹੜਾ ਮਨੁੱਖਾ ਜੀਵਨ ਮਿਲਿਆ ਬੜਾ ਅਨਮੋਲ ਹੈ, ਪਰ ਜੇਕਰ ਇਹਨੂੰ ਨਾਮ ਰੂਪੀ ਜਲ ਦੇ ਨਾਲ ਨਹੀਂ ਸਿੰਜਿਆ ਭਾਈ, ਤੇ ਇਹ ਜੀਵਨ ਰੂਪੀ ਖੇਤੀ ਵੀ ਇੱਕ ਦਿਨ ਭਾਈ ਤੇਰੀ ਮੁਰਝਾ ਜਾਣੀ ਹੈ, ਕਿਉਂਕਿ ਨਾਮ ਜਪ ਕੇ ਹੀ ਆਤਮਕ ਆਨੰਦ ਮਿਲਣਾ, ਨਾਮ ਜਪ ਕੇ ਹੀ ਆਤਮਕ ਸੁੱਖ ਮਿਲਣੇ ਨੇ, ਨਾਮ ਜਪ ਕੇ ਹੀ ਭਾਈ ਤੇਰੇ ਅੰਦਰ ਸੰਤੋਖ ਪੈਦਾ ਹੋਣਾ, ਨਾਮ ਨੇ ਤ੍ਰਿਸ਼ਨਾ ਦੀ ਅੱਗ ਨੂੰ ਬੁਝਾਉਣਾ। ਇਸ ਕਰਕੇ ਨਾਮ ਨੂੰ ਜਪਣਾ ਕਰ, ਹਰ ਨਾਹ ਨਾ ਮਿਲੀਐ ਸਾਜਨੈ ਕਤ ਪਾਈਐ ਵਿਸਰਾਮ।
ਵਾਹਿਗੁਰੂ ਨੂੰ ਮਿਲਿਆ ਬਗੈਰ, ਵਾਹਿਗੁਰੂ ਜੀ ਦੇ ਮਿਲਾਪ ਤੋਂ ਬਗੈਰ ਭਾਈ ਤੂੰ ਸੁੱਖ ਦੀ ਉਮੀਦ ਨਹੀਂ ਕਰ ਸਕਦਾ। ਜਦੋਂ ਤੱਕ ਵਾਹਿਗੁਰੂ ਦੇ ਚਰਨਾਂ ਦੇ ਨਾਲ ਤੇਰੀ ਸਾਂਝ ਨਹੀਂ, ਤੂੰ ਆਤਮਕ ਸੁੱਖ ਨਹੀਂ ਮਾਣ ਸਕਦਾ, ਆਤਮਕ ਆਨੰਦ ਨਹੀਂ ਮਾਣ ਸਕਦਾ। ਗੁਰੂ ਸਾਹਿਬ ਨੇ ਪਹਿਲੇ ਸਮਝਾ ਦਿੱਤਾ, ਜਿੱਥੇ ਵਿਛੋੜਾ ਹੈ ਉੱਥੇ ਦੁੱਖ ਹੈ, ਜਿੱਥੇ ਮਿਲਾਪ ਹੈ ਉੱਥੇ ਆਨੰਦ ਹੈ। ਜਦੋਂ ਤੱਕ ਤੂੰ ਵਾਹਿਗੁਰੂ ਦੇ ਚਰਨਾਂ ਦੇ ਨਾਲ ਭਾਈ ਨਹੀਂ ਜੁੜਦਾ, ਤੇਰੀ ਸਾਂਝ ਨਹੀਂ ਬਣਦੀ, ਤੂੰ ਵਾਹਿਗੁਰੂ ਦਾ ਸ਼ੁਕਰਾਨਾ ਨਹੀਂ ਕਰਦਾ, ਤੂੰ ਆਤਮਕ ਆਨੰਦ ਤੋਂ ਸੱਖਣਾ। ਉਸ ਖੇਤੀ ਵਰਗੀ ਤੇਰੀ ਹਾਲਤ ਹੈ ਜੋ ਪਾਣੀ ਤੋਂ ਬਗੈਰ ਮੁਰਝਾ ਜਾਂਦੀ ਹੈ, ਕਿਉਂਕਿ ਸਾਨੂੰ ਜਿਹੜਾ ਜੀਵਨ ਮਿਲਿਆ ਨਾਮ ਜਪਣ ਵਾਸਤੇ ਮਿਲਿਆ। ਰੋਜ਼ ਆਪਾਂ ਬਚਨ ਪੜ੍ਹਦੇ ਹਾਂ, ਭਈ ਪ੍ਰਾਪਤ ਮਾਨਕ ਦੇਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਵਾਹਿਗੁਰੂ ਨੂੰ ਮਿਲਾਪ, ਵਾਹਿਗੁਰੂ ਨੂੰ ਮਿਲਣ ਦੇ ਲਈ ਸਾਨੂੰ ਮਨੁੱਖਾ ਜਨਮ ਮਿਲਿਆ। ਜਦੋਂ ਆਪਾਂ ਸਵਾਸ ਸਵਾਸ ਨਾਮ ਜਪਾਂਗੇ, ਇੱਕ ਦਿਨ ਐਸਾ ਹੁੰਦਾ ਹੈ ਵਾਹਿਗੁਰੂ ਦੇ ਚਰਨਾਂ ਵਿੱਚ ਪੂਰਨ ਤੌਰ ਤੇ ਅਭੇਦਤਾ ਹੋ ਜਾਂਦੀ ਹੈ, ਜਿੱਥੇ ਫਿਰ ਆਤਮਕ ਆਨੰਦ ਮਨੁੱਖ ਮਾਣਦੇ। ਅੱਗੇ ਕਿਰਪਾ ਕੀਤੀ ਹੈ, ਜਿਤ ਘਰ ਹਰ ਕੰਤ ਨਾ ਪ੍ਰਗਟਾਈ, ਭੱਠ ਨਗਰ ਸੇ ਗ੍ਰਾਮ। ਵਾਹਿਗੁਰੂ ਨੂੰ ਭੁਲਾ ਕੇ ਭਾਈ ਤੂੰ ਸੁੱਖ ਦੀ ਉਮੀਦ ਨਹੀਂ ਕਰ ਸਕਦਾ। ਜਿਸ ਹਿਰਦੇ ਘਰ ਵਿੱਚ ਪਤੀ ਪ੍ਰਭੂ ਪਰਮੇਸ਼ਰ ਜਦੋਂ ਤੱਕ ਨਹੀਂ ਵਸਦਾ, ਉਸ ਦੇ ਭਾ ਦੇ ਵਸਦੇ ਪਿੰਡ ਤੇ ਸ਼ਹਿਰ ਉਹਨੂੰ ਤਪਦੀ ਹੋਈ ਭੱਠੀ ਵਾਂਗ ਪ੍ਰਤੀਤ ਹੁੰਦੇ ਨੇ। ਸਰਬ ਸਿੰਗਾਰ ਤੰਬੋਲ ਰਸ ਸਣ ਦੇਹੀ ਸਭ ਖਾਮ। ਇਸਤਰੀ ਦੁਨਿਆਵੀ ਉਦਾਹਰਨ ਦਿੱਤੀ ਹੈ ਸਤਿਗੁਰੂ ਜੀ ਨੇ, ਵੀ ਜਿਸ ਇਸਤਰੀ ਦਾ ਪਤੀ ਉਹਦੇ ਕੋਲ ਨਾ ਹੋਵੇ, ਉਹ ਆਪਣੇ ਸਰੀਰ ਨੂੰ ਜਿੰਨਾ ਮਰਜ਼ੀ ਸਿੰਗਾਰੇ ਹਾਰ ਸ਼ਿੰਗਾਰ ਕਰੇ, ਉਹਦਾ ਕੀਤਾ ਹੋਇਆ ਹਾਰ ਸ਼ਿੰਗਾਰ ਜਿਵੇਂ ਕੋਈ ਮਾਇਨੇ ਨਹੀਂ ਰੱਖਦਾ। ਉਹਦਾ ਕੀਤਾ ਹੋਇਆ ਸਾਰਾ ਹਾਰ ਸ਼ਿੰਗਾਰ ਸਾਰਾ ਹੀ ਵਿਅਰਥ ਹੈ। ਬਿਲਕੁਲ ਇਸ ਤਰ੍ਹਾਂ ਵਾਹਿਗੁਰੂ ਤੋਂ ਵਿਛੜ ਕੇ ਭਾਈ ਤੋਂ ਵਧੀਆ ਪਦਾਰਥ ਖਾਵੇਂ, ਵਧੀਆ ਵਸਤਰ ਪਹਿਨੇ, ਜੇਕਰ ਤੇਰੇ ਹਿਰਦੇ ਵਿੱਚ ਵਾਹਿਗੁਰੂ ਦੀ ਯਾਦ ਨਹੀਂ ਭਾਈ, ਫੇਰ ਤੇਰੀ ਹਾਲਤ ਨਾਮ ਬਿਨਾਂ ਜੋ ਪਹਿਰੇ ਖਾਏ, ਜਿਉਂ ਕੂਕਰ ਜੂਠਨ ਮੈਂ ਪਾਏ। ਜੇਕਰ ਭਾਈ ਤੂੰ ਵਾਹਿਗੁਰੂ ਨਾਲ ਵਿਛੜਿਆ, ਵਾਹਿਗੁਰੂ ਦਾ ਸ਼ੁਕਰਾਨਾ ਨਹੀਂ ਕਰਦਾ ਭਾਈ, ਇਹ ਤੇਰੇ ਵਧੀਆ ਖਾਧੇ ਹੋਏ ਭੋਜਨ, ਵਧੀਆ ਪਾਏ ਹੋਏ ਵਸਤਰ, ਇਹ ਸਾਰੇ ਵਿਅਰਥ ਨੇ। ਅੱਗੇ ਕਿਰਪਾ ਕੀਤੀ ਹੈ, ਪ੍ਰਭ ਸੁਆਮੀ ਕੰਤ ਵਹੁਣੀਆਂ, ਮੀਤ ਸੱਜਣ ਸਭ ਜਾਮ। ਤਿਵੇਂ ਮਾਲਕ ਖਸਮ ਪ੍ਰਭੂ ਦੀ ਯਾਦ ਤੋਂ ਬਿਨਾਂ ਸਾਰੇ ਸੱਜਣ ਮਿੱਤਰ, ਜਿਨ੍ਹਾਂ ਲਈ ਤੂੰ ਦਿਨ ਰਾਤ ਇੱਕ ਕੀਤਾ ਭਾਈ, ਅੰਤ ਵੇਲੇ ਸਾਰੀ ਜਿੰਦ ਦੇ ਵੈਰੀ ਹੋ ਟੁੱਕਦੇ ਨੇ, ਇਹਨਾਂ ਚੋਂ ਕੋਈ ਵੀ ਅੰਤ ਵੇਲੇ ਸਾਥ ਨਹੀਂ ਨਿਭਾਉਂਦਾ। ਨਾਨਕ ਕੀ ਬੇਨੰਤੀਆਂ ਕਰ ਕਿਰਪਾ ਦੀਜੈ ਨਾਮ। ਗੁਰੂ ਸਾਹਿਬ ਨੇ ਵਾਹਿਗੁਰੂ ਜੀ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਹੈ, ਵਾਹਿਗੁਰੂ ਕਿਰਪਾ ਕਰੋ, ਮੈਨੂੰ ਵੀ ਨਾਮ ਦੀ ਦਾਤ ਬਖਸ਼ਿਸ਼ ਕਰੋ। ਹਰ ਮੇਲੋ ਸੁਆਮੀ ਸੰਗ ਪ੍ਰਭ, ਜਿਸ ਕਾ ਨਿਸ਼ਚਲ ਧਾਮ। ਹੇ ਹਰੀ ਹੇ ਵਾਹਿਗੁਰੂ, ਆਪਣੇ ਚਰਨਾਂ ਵਿੱਚ ਮੈਨੂੰ ਜੋੜੀ ਰੱਖੋ, ਹੋਰ ਸਾਰੇ ਆਸਰੇ ਪਰਨੇ ਨਾਸਵੰਤ ਹਨ, ਇੱਕ ਤੇਰਾ ਘਰ ਹੀ ਸਦਾ ਅਟਲ ਰਹਿਣ ਵਾਲਾ ਹੈ। ਹੁਣ ਅੱਗੇ ਇੱਥੋਂ ਮਹੀਨੇ ਦੀ ਆਰੰਭਤਾ ਹੈ, ਚੇਤ ਗੋਬਿੰਦ ਆਰਾਧੀ ਹੈ ਹੋਵੇ ਆਨੰਦ ਘਣਾ। ਚੇਤ ਮਹੀਨੇ ਦਾ ਨਾਮ ਹੈ, ਤੇ ਚੇਤ ਤੋਂ ਭਾਵ ਚੇਤਨਾ ਯਾਦ ਕਰਨਾ। ਵੀ ਇਹ ਭਾਈ ਜੇ ਤੂੰ ਚਾਹੁੰਦਾ ਵੀ ਜੀਵਨ ਅੰਦਰ ਆਤਮਕ ਆਨੰਦ ਬਣ ਜੇ, ਉਹਦੇ ਲਈ ਤੈਨੂੰ ਫਿਰ ਮਾਲਕ ਨੂੰ ਯਾਦ ਕਰਨਾ ਪਵੇਗਾ। ਵਾਹਿਗੁਰੂ ਨੂੰ ਚੇਤਾ ਕਰੇਗਾ, ਵਾਹਿਗੁਰੂ ਨੂੰ ਯਾਦ ਕਰੇਗਾ, ਜਿਵੇਂ ਜਿਵੇਂ ਤੂੰ ਇੱਕ ਮਨ ਇੱਕ ਚਿੱਤ ਹੋ ਕੇ ਭਜਨ ਬੰਦਗੀ ਕਰੇਗਾ ਭਾਈ, ਤੇਰੇ ਜੀਵਨ ਵਿੱਚ ਆਤਮਕ ਆਨੰਦ ਦਿਨੋ ਦਿਨ ਵੱਧਦਾ ਚਲਾ ਜਾਵੇਗਾ। ਭਾਵੇਂ ਇਸ ਮਹੀਨੇ ਵਿੱਚ ਬਸੰਤ ਰੁੱਤ ਆਉਂਦੀ ਹੈ, ਬਸੰਤ ਰੁੱਤ ਕਾਰਨ ਸਾਰੇ ਦਰਖਤ ਜੋ ਕੋਰੇ ਠੰਡ ਕਰਕੇ ਜਿੱਥੇ ਆਪਣੀ ਸੁੰਦਰਤਾ ਗਵਾ ਬੈਠੇ ਸਨ, ਮੋੜ ਹਰੇ ਭਰੇ ਹੋ ਉੱਠਦੇ ਨੇ, ਨਵੇਂ ਪੱਤੇ ਨਵੇਂ ਫੁੱਲ ਖਿਲਦੇ ਨੇ, ਜਿਹਨੂੰ ਵੇਖ ਕੇ ਬਾਹਰੀ ਤੌਰ ਤੇ ਮਨ ਨੂੰ ਬੜਾ ਆਨੰਦ ਮਿਲਦਾ ਹੈ। ਪਰ ਗੁਰੂ ਸਾਹਿਬ ਨੇ ਆਤਮਕ ਆਨੰਦ ਦੀ ਗੱਲ ਕੀਤੀ ਹੈ ਵੀ ਤੇਰੇ ਅੰਦਰ ਆਤਮਕ ਆਨੰਦ ਵਿੱਚ ਵਾਧਾ ਹੋਵੇਗਾ ਜਿਵੇਂ ਜਿਵੇਂ ਤੂੰ ਮਾਲਕ ਨੂੰ ਸਿਮਰੇਗਾ। ਸੰਤ ਜਨਾ ਮਿਲ ਪਾਈਏ ਰਸਨਾ ਨਾਮ ਭਣਾ, ਪਰ ਜੀਵ ਨਾਲ ਪ੍ਰਭੂ ਦਾ ਨਾਮ ਜਪਣ ਦੀ ਦਾਤ ਸੰਤ ਜਿਨ੍ਹਾਂ ਨੂੰ ਮਿਲ ਕੇ ਪ੍ਰਾਪਤ ਹੁੰਦੀ ਹੈ। ਗੁਰੂ ਨੇ ਤੈਨੂੰ ਨਾਮ ਦੀ ਦਾਤ ਬਖਸ਼ਣੀ ਹੈ, ਗੁਰੂ ਦੇ ਚਰਨਾਂ ਨਾਲ ਜੁੜੇਗਾ ਭਾਈ,
ते गुरु ने तेनु परमेश्वर दे नाल मिलाउणा है। जिन पाया प्रभ अपना आए तिसै गणा, उन्हां दा संसार ते आया सफल है, ओ प्रवान हो गए ने, उन्हां दा आया प्रवान है जिन्हां ने प्रभु पति परमेश्वर नु पा लिया, जिन्हां ने मिलाप हासिल कर लिया परमात्मा दा। एक खिन तिस बिन जीवना बिरथा जन्म जना, क्योंकि परमात्मा दी याद तो बिना एक खिन मात्र समा भी जेकर याद तो बगैर गुजरदा है तां गुरु साहिब आखदे ने जिंदगी व्यर्थ बतीत जापदी है। भी एक पल भी जे प्रभु दी याद तो बिना समा गुजरदा है, ओही साडा समा लेखे विच है जिहड़ा असीं वाहिगुरु दी याद विच बतीत करदे हां। कबीर, एक घड़ी आधि करी, आधि हूं ते आद, भगतन सेती गोष्टे जो किन्नो सो लाभ। जिथे असीं वाहिगुरु नूं याद कर रहे हां, जाल थल महिल पूरिया रविया विच बणा, ओ वाहिगुरु नूं याद तां करना है। वाहिगुरु इन्ना बेअंत है जो पानी विच, धरती विच, आकाश जंगलां विच, हर थां व्यापक है, जिन्हें सारे संसार नूं भांत भांत दे जीवां नूं साजे है ते उन्हां दी देखभाल कर रहे है, रिजक दे रहे है। उस मालक नूं भाई याद करना कर, जे मालक नूं याद करेगा ते जीवन विच आत्मक आनंद पैदा होवेगा, पर जे मालक नूं भुलावेगा सो प्रभ चित ना आवे कि तड़ा दुख गणा। जेकर मालक नूं चेते तू नहीं करदा, जे मालक नाल तेरा विछोड़ा बनिया, फिर गुरु साहिब आखदे ने दुख भी तेनूं इन्ने आके चुभणगे, दुखां दी भी फिर गिणती मिणती नहीं कीती जा सकदी। गल समझण वाली है, जे मालक दे नाल सांझ है, सुख बेअंत तेनूं परमेश्वर ने बख्शणे ने। जे मालक नूं भुला बैठा, भुला के विसार के जे जीवन जीउण दा यतन करेगा भाई, फिर दुख भी इन्ने चुभणगे कि तड़ा दुख गणा, कहिंदे तेरे दुख भी फिर बयान नहीं कीते जा सकदे। जिन्नी रावया सो प्रभु तिन्ना भाग मना, जिन्हां ने मालक दा शुकराना शुरू कर दिता है, जो मालक नूं याद करदे ने सुवास सुवास इबादत करदे ने, उन्हां दे वड्डे भाग ने। वड्डे भागां दे बदौलत मनुख नाम जपदा, गुरु नाल जुड़दा है ते गुरु परमेश्वर दे नाल जुड़दा है। बिन भागां सतसंग ना लभै, बिन संगत मैल भरीजै जीओ, वडभागी हर संगत पावै, भागहीन भ्रम चोटा खावै। अगे कृपा कीती है, हर दर्शन को मन लोचदा, नानक प्यास मना। हुण गुरु साहिब ने इत्थे अरदास बेनती कीती है, हे वाहिगुरु मेरे मन अंदर भी दर्शनां दी प्यास है, कृपा करो मैनू भी दर्शन देना करो। ते आपां भी अरदास करनी है सतगुरु जी चरणां विच, दर्शन देख जीवां गुर तेरा, पूर्ण कर्म होए प्रभ मेरा, एह बिनंती सुन प्रभ मेरे, देहे नाम कर अपने चेरे, दर्श प्यास मेरो मन मोहयो, हर पंख लगाए मलीजै, मन मेरे हर के चरण रवीजै। क्योंकि जिथे वाहिगुरु दा मलाप है उथे आत्मक आनंद है। भी भाई तेरे अंदर दर्शना दी प्यास होनी चाहिए है, मिलाप दी तांग तेरे अंदर होवे। असी केवल गुरु कोल आके दुनियावी सुख, दुनियावी पदार्थ, दुनियावी दाता मंगदे हां। गुरु साहिब ने हुक्म कीता है, भाई जिथे तू दुनियावी सुख दुनियावी दाता मंगदा उथे भाई आके गुरु कोल दर्शना दी भी दात मंगिया कर। खीर ते कृपा कीती है, चेत मिलाए सो प्रभु तिसके पाए लगा। जड़ा मनुख मैनू हरी दा मिलाप करवा दे, वाहिगुरु दे नाल मैनू मिला दे, मैं ओदे तों कुर्बान सदके हाँ। सतगुरु जी ने माण बख्शिया है भी जड़ा मैनू मेरे परमेश्वर पति परमेश्वर दे नाल मिलावे ओदे तों मैं कुर्बान सदके जावांगा। सो आपां भी अरदास करनी है वाहिगुरु दे चरणां विच, सतगुरु जी सानू भी नाम दी दात बख्शिश करन, अपने चरणां दा प्यार बख्शन। जिथे आपां अपने लिए अरदास करनी है, गुरसिख दी अरदास संपूर्णी तां हुंदी है जदों तक आपां इह पंक्तियां नहीं पढ़ लैंदे। नानक नाम चढ़दी कला, तेरे भाणे सरबत दा भला। आपां अरदास करनी है वाहिगुरु जी कृपा करन, इह जो नवा साल नवा महीना जो प्रारंभ होया है, साडा सारिया का सुखमई आनंदमई नाम जपद्या का बतीत होवे। सतगुरु जी अपने चरणा नाल जोड़ी रखन, नाम दियां दातां बख्श के नवाजन, भरोसा विश्वास गुरु ते साडा परपक होवे।
ਤਾਂਹੀਓ ਅਸੀਂ ਗੁਰੂ ਕੋਲੋਂ ਕੁਝ ਲੈਣ ਦੇ ਹੱਕਦਾਰ ਹਾਂ। ਜਦੋਂ ਤੱਕ ਵਿਸ਼ਵਾਸ ਭਰੋਸਾ ਪਰਪੱਕ ਨਹੀਂ ਹੁੰਦਾ ਉਦੋਂ ਤੱਕ ਗੱਲ ਨਹੀਂ ਬਣਦੀ। ਵਿਸ਼ਵਾਸ ਕਰਕੇ ਭਰੋਸਾ ਕਰਕੇ ਜੋ ਵੀ ਗੁਰੂ ਕੋਲੋਂ ਮੰਗਾਂਗੇ ਗੁਰੂ ਝੋਲੀ ਵਿੱਚ ਪਾ ਦਿੰਦਾ, ਕਿਉਂਕਿ ਗੁਰੂ ਕੋਲ ਸਾਰਾ ਕੁਝ ਹੈ। ਸਾਚੇ ਸਾਹਿਬਾ ਕਿਆ ਨਾ ਹੀ ਘਰ ਤੇਰਾ, ਘਰ ਤਾਂ ਤੇਰਾ, ਸਭ ਕੁਛ ਹੈ ਜਿਸ ਦੇਹ ਸੋ ਪਾਵੇ, ਸਭ ਕੁਝ ਗੁਰੂ ਕੋਲ ਹੈ ਜੋ ਮੰਗੈ, ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੇ, ਸਭ ਕੁਝ ਭਾਈ ਤੈਨੂੰ ਮਿਲੇਗਾ। ਬਸ ਆਪਣੇ ਗੁਰੂ ਦੇ ਚਰਨਾਂ ਤੇ ਅਕੀਦਾ ਰੱਖ ਕੇ ਅਰਦਾਸ ਬੇਨਤੀ ਕਰੀਏ ਜੋ ਗੁਰੂ ਸਾਹਿਬ ਨੇ ਸਾਨੂੰ ਇਸ ਮਹੀਨੇ ਰਾਹੀਂ ਜੋ ਰੂਹਾਨੀਅਤ ਦਾ ਉਪਦੇਸ਼ ਬਖਸ਼ਿਆ ਹੈ, ਵੀ ਆਪਣੇ ਕੀਤੇ ਹੋਏ ਕਰਮਾਂ ਕਰਕੇ ਕਿਰਤ ਕਰਕੇ ਜੇ ਸਾਡਾ ਵਿਛੋੜਾ ਬਣਿਆ ਗੁਰੂ ਨਾਲੋਂ, ਸਤਿਗੁਰੂ ਅੱਗੇ ਅਰਦਾਸ ਬੇਨਤੀਆਂ ਕਰੀਏ, ਤਰਲੇ ਲਈਏ, ਸਤਿਗੁਰੂ ਜੀ ਇਹ ਵਿਥ ਮਿੱਟ ਜਾਏ, ਇਹ ਵਿਛੋੜਾ ਖਤਮ ਹੋ ਜਾਵੇ, ਕਿਉਂਕਿ ਵਾਹਿਗੁਰੂ ਜੀ ਦੇ ਮਿਲਾਪ ਵਿੱਚ ਸਾਰੇ ਸੁੱਖ ਨੇ, ਜਿੱਥੇ ਵਿਛੋੜਾ ਉੱਥੇ ਦੁੱਖ ਹੈ। ਪਰਮੇਸ਼ੁਰ ਨੂੰ ਭੁੱਲ ਜਾਣਾ ਇਹਦੇ ਤੋਂ ਵੱਡਾ ਕੋਈ ਹੋਰ ਦੁੱਖ ਨਹੀਂ ਹੋ ਸਕਦਾ। ਸੋ ਵਾਹਿਗੁਰੂ ਅੱਗੇ ਅਰਦਾਸ ਕਰੀਏ, ਸਤਿਗੁਰੂ ਜੀ ਕਿਰਪਾ ਕਰਨ, ਨਾਮ ਦੀ ਦਾਤ ਬਖਸ਼ਿਸ਼ ਕਰਨ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ, ਇਹੋ ਭੁਲਾ ਚੁੱਕਾਂ ਦੀ ਖਿਮਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ।